ਤੇ ਉਹ ਇੱਕ ਬੰਦ ਕਿਬਲਾ ਇੰਤਸਾਰ ਸ਼ਾਹ ਸਾਹਿਬ, ਮੈਂ ਵੈਸੇ ਵੀ ਤੁਹਾਨੂੰ ਕਿਤੇ ਕੱਲਿਆਂ ਸੁਣਾਉਣਾ ਸੀ, ਸ਼ਾਨੇ ਗੌਸੇ ਆਜ਼ਮ ਚਾਰ ਮਿਸਰੇ, ਮੇਰੇ ਪੀਰੋ ਮੁਰਸ਼ਦ ਮਖਦੂਮੇ ਤਾਜਦਾਰੇ ਗੋਲਰਾ ਸ਼ਬੀਏ ਮਿਹਰੇ ਅਲੀ ਤਸਵੀਰੇ ਹਜ਼ਰਤ ਕਿਬਲਾ ਬਾਬੂ ਜੀ ਅਲਾ ਰਹਿਮਤ ਹਜ਼ੂਰ ਨਸੀਰੇ ਮਿਲਤ ਕੇ ਸਾਹਿਬਜ਼ਾਦੇ ਗੁਲਾਮ ਨਜ਼ਰਦੀਨ ਜਾਮੀ ਸਾਹਿਬ ਨੇ ਇਹ ਅਭੀ ਹਾਤੇ ਬਾਹੂ ਕੀ ਜ਼ਮੀਨ ਪੇ ਲਿਖੇ ਹੈ। ਉਹ ਚਾਰ ਮਿਸਰੇ ਕਿਬਲਾ ਅਬਦ ਖਿਆਲ ਸਾਹਿਬ ਆਪਕੀ ਨਜ਼ਰ ਵੀ ਔਰ ਪੀਰ ਸਾਹਿਬ ਸ਼ਕੀਲ ਅਸ਼ਰਫ ਸਾਹਿਬ ਤਵੱਜੋ ਚਾਹੇਂਗੇ ਤੋ ਆਪਕੋ ਵੀ ਮਜ਼ਾ ਆਏਗਾ, ਮੁਝੇ ਵੀ ਮਜ਼ਾ ਆਏਗਾ। ਸ਼ਾਨੇ ਗੌਸੇ ਆਜ਼ਮ ਲਾਸ਼ ਹੈ ਆਜਜ਼ ਬੇਬਸ ਹਾਂ ਮੈਂ ਉਸਦੇ ਬੂਹੇ ਸੁੱਤਾ ਹੂ ਕਹੀਏ ਸੁਭਾਨ ਅੱਲਾ। ਸਟੇਜ ਵਾਲੇ ਆਲੇ ਇਲਮ ਮੈਂ ਤਵੱਜੋ ਕਰਤਾ ਹੂੰ ਇਧਰ ਵੀ, ਲਾਸ਼ ਹੈ ਆਜਜ਼ ਬੇਬਸ ਹਾਂ ਮੈਂ ਉਸਦੇ ਬੂਹੇ ਸੁੱਤਾ ਹੂ ਉਸਦੀ ਨਿਸਬਤ ਹਰ ਮੁਸ਼ਕਿਲ ਵਿੱਚ ਮੇਰੇ ਦਿਲ ਦਾ ਮੁੱਤਾ ਹੂ। ਉਹ ਕੌਣ ਹੈ? ਉਹ ਪੀਰਾਂ ਨੇ ਪੀਰ। ਲਾਸ਼ ਹੈ ਆਜਜ਼ ਬੇਬਸ ਹਾਂ ਮੈਂ ਉਸਦੇ ਬੂਹੇ ਸੁੱਤਾ ਹੂ ਉਸਦੀ ਨਿਸਬਤ ਹਰ ਮੁਸ਼ਕਿਲ ਵਿੱਚ ਮੇਰੇ ਦਿਲ ਦਾ ਮੁੱਤਾ ਹੂ ਭਾਵੇਂ ਪਾਵੇ ਟੁੱਕਰ ਮੈਨੂੰ ਭਾਵੇਂ ਮਾਰੇ ਜੁੱਤਾ ਹੂ। ਕੌਣ? ਭਾਵੇਂ ਮਾਰੇ ਭਾਵੇਂ ਪਾਵੇ ਟੁੱਕਰ ਮੈਨੂੰ ਭਾਵੇਂ ਮਾਰੇ ਜੁੱਤਾ ਹੂ। ਓ ਲੋਗੋ ਮੇਰਾ ਮਾਲਕ ਅਬਦੁਲ ਕਾਦਰ ਮੈਂ ਬਗਦਾਦੀ ਕੁੱਤਾ ਹੂ। ਮੇਰਾ ਮਾਲਕ ਅਬਦੁਲ ਕਾਦਰ, ਹੱਥ ਖੜੇ ਕਰਕੇ ਕਹੋ ਮੇਰਾ ਮਾਲਕ, ਮੇਰਾ ਮਾਲਕ, ਮੇਰਾ ਮਾਲਕ ਜਿਹਦਾ ਜਿਹਦਾ ਮਾਲਕ ਅਬਦੁਲ ਕਾਦਰ ਹੈ। ਪੀਰਾਂ ਨੇ ਪੀਰੋ ਹੱਥ ਚੁੱਕ ਕੇ ਬੋਲੇ ਮੇਰਾ ਮਾਲਕ ਅਬਦੁਲ ਕਾਦਰ, ਮੇਰਾ ਮਾਲਕ, ਮੇਰਾ ਮਾਲਕ, ਤੇਰਾ ਮਾਲਕ, ਉਸਦਾ ਮਾਲਕ, ਹਰ ਇੱਕ ਦਾ ਮਾਲਕ। ਅਰੇ ਮੇਰਾ ਮਾਲਕ ਅਬਦੁਲ ਕਾਦਰ ਮੈਂ ਬਗਦਾਦੀ ਕੁੱਤਾ ਹੂੰ, ਮੈਂ ਬਗਦਾਦੀ ਕੁੱਤਾ ਹੂੰ। ਮੇਰਾ ਮਾਲਕ ਲਾਸ਼ ਆਜਦ ਬੇਬਸ ਹਾਂ ਮੈਂ ਉਸਦੇ ਬੂਹੇ ਸੁੱਤਾ ਹੂੰ ਅਰੇ ਉਸਦੀ ਨਿਸਬਤ ਹਰ ਮੁਸ਼ਕਿਲ ਵਿੱਚ ਮੇਰੇ ਦਿਲ ਦਾ ਮੁੱਤਾ ਹੂੰ ਭਾਵੇਂ ਪਾਵੇ ਟੁੱਕਰ ਮੈਨੂੰ ਭਾਵੇਂ ਮਾਰੇ ਜੁੱਤਾ ਹੂੰ। ਮੇਰਾ ਮਾਲਕ ਅਬਦੁਲ ਕਾਦਰ, ਮੇਰਾ ਮਾਲਕ ਅਬਦੁਲ ਕਾਦਰ, ਮੈਂ ਬਗਦਾਦੀ ਕੁੱਤਾ ਹੂੰ। ਮੇਰਾ ਮਾਲਕ ਅਬਦੁਲ ਕਾਦਰ ਮੈਂ ਬਗਦਾਦੀ ਕੁੱਤਾ ਹੂੰ।